ਉਹ ਅੱਜਕੱਲ ਸਟੂਡੈਂਟ ਲੜਕੀਆਂ ਆ ਰਹੀਆਂ ਤੇ ਉਹਨਾਂ ਦੇ ਨਾਲ ਸ਼ਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ। ਸੋ ਵਾਕਈ ਚਿੰਤਾ ਦਾ ਵਿਸ਼ਾ ਹੈ। ਇਕੱਲੀ ਕੁੜੀ ਬਾਹਰਲੇ ਮੁਲਕ ਚਾਈਏ ਤੇ ਅੱਗੇ ਆਉਂਦਿਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ। ਸੋ ਕਿਵੇਂ ਦੇਖਦੇ ਹੋ ਤੁਸੀਂ ਤਾਂ ਬਹੁਤ ਐਸੀਆਂ ਘਟਨਾਵਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ, ਦੇਖੀਆਂ ਸੁਣੀਆਂ। ਅ ਸਭ ਤੋਂ ਪਹਿਲਾਂ ਤਾਂ ਪ੍ਰਾਈਟ ਪੰਜਾਬ ਵਿਖੇ ਬੜੇ ਤੁਹਾਡੇ ਦਰਸ਼ਕ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅ ਵਿਸ਼ਾ ਤੁਸੀਂ ਬਹੁਤ ਹੀ ਸੰਜੀਦਾ ਤੇ ਗੰਭੀਰ ਸੁਣਿਆ। ਮੈਂ ਨਹੀਂ ਸਮਝਦਾ ਕਿ ਇਸ ਵਿਸ਼ੇ ਤੇ ਤੁਸੀਂ ਮੈਨੂੰ ਗੱਲ ਕਰਨ ਲਈ ਬੁਲਾਉਂਗੇ ਸਿੱਕੇ ਨਾ ਇਹ ਬੁੱਦਾ ਅੱਜ ਤੋਂ 10-12 ਸਾਲ ਪਹਿਲਾਂ ਹੂਬ ਹੂ ਮੈਂ ਖੁਦ ਹੰਡਾਇਆ ਆਪਣੇ ਪਿੰਡੇ ਤੇ ਜਿਹੜੀ ਗੱਲ ਤੁਸੀਂ ਹੁਣੇ ਹੀ ਬਿਆਨ ਕਰ ਚੁੱਕੇ ਆ ਇਹ ਆਪਣੀਆਂ ਅੱਖਾਂ ਨਾਲ ਵੇਖੀ ਅਸੀਂ ਅੱਛਾ ਸਾਡੇ ਬੱਚੇ ਜਿਹੜੇ ਉਹਨਾਂ ਦੇ ਅੱਜ ਪਹਿਲੇ ਪਹਿਲੇ ਪੂਰ ਚ ਆਏ ਸੀਗੇ 2009-2010 ਦੇ ਵਿੱਚ ਹਾਂਜੀ ਜੀ ਪੜਾਈ ਦੀ ਖਾਤਰ ਉਹਨਾਂ ਨੂੰ ਅਸੀਂ ਗੱਤਿਆਂ ਦੇ ਡੱਬਿਆਂ 'ਚ ਤੇ ਲੋਕੇ ਸਹਿਮਤ ਤੇ ਰਾਤ ਨੂੰ ਸੌਂਦਿਆਂ ਵੇਖਿਆ ਤੇ ਉਹ ਲੜਕੀ ਨੇ ਮੇਰੀਆਂ ਗੱਲਾਂ ਮਤ ਹੋਈਆਂ ਤੇ ਉਹ ਲੜਕੀ ਨੇ ਮੈਨੂੰ ਦੱਸਿਆ ਵੀ ਮੈਂ ਇਹਨਾਂ ਦੇ ਸਪੱਕਟ ਜਾਣ ਤੋਂ ਪਹਿਲਾਂ ਹਮ ਵੱਖ-ਵੱਖ ਪੰਜਾਬੀ ਅਦਾਰਿਆਂ ਦੇ ਮਾਲਕਾਂ ਕੋਲੇ ਕੰਮ ਕੀਤਾ ਜਿਨ੍ਹਾਂ ਨੇ ਮੈਨੂੰ ਹਮ ਬੁਰੀ ਨਾ ਵੀ ਦੇਖਿਆ ਮੈਨੂੰ ਆਪਣੀ ਰਖੇਲ ਬਣਾ ਕੇ ਇਹ ਉਹਦੇ ਸ਼ਬਦ ਆ ਅੱਛਾ ਮੈਨੂੰ ਆਪਣੀ ਰਖੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਉਹ ਰਹੀ ਜਾਂ ਨਹੀਂ ਰਹੀ ਇਸ ਬਾਰੇ ਮੈਨੂੰ ਕੋਈ ਨਹੀਂ ਪਤਾ ਜੀ ਲੇਕਿਨ ਮੈਂ ਉਸ ਕੁੜੀ ਦੇ ਖੂਬੂ ਸ਼ਬਦ ਦੁਹਰਾ ਰਿਹਾ ਹੂੰ ਵੀ ਇਹ ਮਾਨਸਿਕਤਾ ਸਾਡੇ ਲੋਕਾਂ ਚ ਹੈਗੀ ਆ ਜੀ ਇਹਨਾਂ ਹਾਲਤਾਂ ਚ ਮਾਪੇ ਦੋਸ਼ੀ ਨਹੀਂ ਕਿਹੜਾ ਬੱਚਾ ਜੀ ਤੁਸੀਂ ਵੀ ਬੱਚਾ ਵਾਲੇ ਹੋ ਜੀ ਕਿਹੜਾ ਮਾਪਾ ਚਾਹੁੰਦਾ ਕਿ ਆਪਣੇ ਬੱਚੇ ਨੂੰ ਮੈਂ ਇਹੋ ਜੀ ਜਗ੍ਹਾ ਭੇਜਾਂ ਜਿੱਥੇ ਉਹਦੀ ਸੇਫਟੀ ਨਹੀਂ ਬੜ ਕਿਤੇ ਨਾ ਕਿਤੇ ਕੀ ਕਹਿੰਦੇ ਹੁੰਦੇ ਆ ਇੰਨੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਇਹ ਪੱਥਰ ਜਿਹੜਾ ਦਿਲ ਤੇ ਰੱਖਣਾ ਪੈਂਦਾ ਉਹਨਾਂ ਹਾਲਾਤਾਂ 'ਚ ਬੱਚੇ ਬਾਹਰ ਆ ਜਾਂਦੇ ਆ ਤੇ ਉਹਨਾਂ ਦੇ ਜੋ ਹਾਲਾਤੇ ਇੱਥੇ ਹੁੰਦੇ ਆ ਉਹ ਸਾਡੇ ਤੋਂ ਲੋਕੋ ਛੁਪੇ ਨਹੀਂ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਮੀਡੀਆ ਤੁਹਾਡਾ ਆਪਣਾ ਆਦਾਰਾ ਪ੍ਰਾਈਡ ਪੰਜਾਬ ਪੀਵੀ ਪ੍ਰਾਈਵਟ ਪੰਜਾਬ ਟੀਵੀ ਦੇ ਜ਼ਰੀਏ ਅਸੀਂ ਹਰ ਇੱਕ ਉਹ ਇਸ਼ੂ ਜੋ ਸਮਾਜ ਕੌਮ ਧਰਮ ਰਾਜਨੀਤੀ ਜਾਂ ਫਿਰ ਲੋੜਿੰਦਾ ਹੋਵੇ ਇਸ ਤਰ੍ਹਾਂ ਦਾ ਹਰ ਇੱਕ ਇਸ਼ੂ ਜਿਹੜਾ ਹੈ ਉਹ ਲੈ ਕੇ ਆਉਂਨੇ ਆ ਉਹਦੇ ਉੱਤੇ ਗੱਲ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਉਸ ਦੇ ਕੁਛ ਨਾ ਕੋਈ ਕੋਈ ਨਾ ਕੋਈ ਨਤੀਜੇ ਜਿਹੜੇ ਆ ਨਿਕਲਣ ਜਿਹਦੇ ਨਾਲ ਉਹ ਇਸ਼ੂ ਜਿਹੜੇ ਨੇ ਉਹ ਹੱਲ ਹੋਣ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਲੋਕ ਜਿਹੜੇ ਨੇ ਉਹ ਜਾਗਰੂਕ ਹੋਣ ਚਾਹੇ ਵਿਦੇਸ਼ ਦੇ ਵਿੱਚ ਚਾਹੇ ਦੇਸ਼ ਦੇ ਵਿੱਚ ਯਾਨੀ ਕਿ ਜਦੋਂ ਪੰਜਾਬੀਆਂ ਦੀ ਗੱਲ ਕਰਦੇ ਆ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਕੋਈ ਐਸਾ ਦੇਸ਼ ਨਹੀਂ ਜਿੱਥੇ ਪੰਜਾਬੀ ਨਹੀਂ ਵਸਦੇ ਤੇ ਜਿੱਥੇ ਜਿੱਥੇ ਵਸਦੇ ਨੇ ਤੇ ਉੱਥੇ ਉਹਨਾਂ ਦੇ ਇਸ਼ੂਜ਼ ਵੀ ਜਿਹੜੇ ਨੇ ਉਹ ਬਣਦੇ ਰਹਿੰਦੇ ਆ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਆ ਸੋ ਇੰਗਲੈਂਡ ਵੀ ਇੱਕ ਐਸ ਤਰ੍ਹਾਂ ਦਾ ਮੁਲਕ ਹੈ ਜਿੱਥੇ ਵੱਡੀ ਵਸੋਂ ਜਿਹੜੀ ਹੈ ਸਾਡੇ ਪੰਜਾਬੀਆਂ ਦੀ ਖਾਸ ਤੌਰ ਤੇ ਸਿੱਖਾਂ ਦੀ ਹੈ ਤੇ ਅੱਜ ਜੋ ਰੁਝਾਨ ਇੰਗਲੈਂਡ ਦੀ ਧਰਤੀ ਤੇ ਹੈ ਉਹ ਬਹੁਤ ਜ਼ਿਆਦਾ ਵਿਦਿਆਰਥੀ ਜਿਹੜਾ ਸਟੂਡੈਂਟ ਵਰਗ ਉਹ ਜੋ ਪੰਜਾਬ ਦੀ ਧਰਤੀ ਤੋਂ ਚੱਲ ਕੇ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਲਈ ਆ ਰਿਹਾ ਸੋ ਜਦੋਂ ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿ ਜਿਹੜਾ ਜਿਹੜਾ ਵੀ ਆਪਣੀ ਧਰਤੀ ਛੱਡ ਕੇ ਦੂਸਰੇ ਮੁਲਕ ਨੂੰ ਦੂਸਰੀ ਧਰਤੀ ਤੇ ਜਾਂਦਾ ਹੈ ਤਾਂ ਉਹਦੇ ਲਈ ਪ੍ਰੋਬਲਮਸ ਜੜੀਆਂ ਨੇ ਆਉਂਦੀਆਂ ਪਰ ਜਿੱਥੇ ਸਾਡੇ ਨੌਜਵਾਨ ਜਿਹੜੇ ਨੇ ਉਹ ਆ ਰਹੇ ਸੀ ਤੇ ਅੱਜ ਕੱਲ ਜਿਹੜਾ ਰੁਝਾਨ ਸ਼ੁਰੂ ਹੋਇਆ ਹੋਇਆ ਨੌਜਵਾਨ ਲੜਕੀਆਂ ਦਾ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਨੌਜਵਾਨ ਕੁੜੀਆਂ ਵੀ ਵੱਧ ਚੜ ਕੇ ਜੜੀਆਂ ਇਹਨਾਂ ਮੁਲਕਾਂ ਆ ਚ ਰਹੀਆਂ ਤੇ ਕੁੜੀਆਂ ਦੀਆਂ ਆਪਣੀਆਂ ਮੁਸ਼ਕਲਾਂ ਨੇ ਸੋ ਕਿਵੇਂ ਸਰਵਾਈਵ ਕਰਦੀਆਂ ਕਿਵੇਂ ਆਉਂਦੇ ਕਿਹੋ ਜਿਹੇ ਹਾਲਾਤ ਉਹਨਾਂ ਨੂੰ ਇੱਥੇ ਦੇਖਣੇ ਪੈਂਦੇ ਨੇ ਸੋ ਇਹ ਬਹੁਤ ਵੱਡਾ ਇੱਕ ਸਵਾਲ ਵੀ ਹੈ ਤੇ ਜਿਹਦੇ ਉੱਤੇ ਗੱਲ ਕਰਨੀ ਸਾਡਾ ਫਰਜ਼ ਵੀ ਬਣਦਾ ਹੈ ਪਿਛਲੇ ਦਿਨੀ ਇੰਗਲੈਂਡ ਦੀਆਂ ਐਸੀਆਂ ਘਟਨਾਵਾਂ ਹੋਈਆਂ ਕੁਝ ਲੜਕੀਆਂ ਵੱਲੋਂ ਕੁੜੀਆਂ ਵੱਲੋਂ ਵੀਡੀਓਜ਼ ਬਣਾ ਕੇ ਗੱਲ ਕਹੀ ਗਈ ਕਿ ਇੱਥੇ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਨਾਲ ਕੁਝ ਗਲਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਕੰਮ ਦੇ ਨਾਤੇ ਕਿ ਕੰਮ ਦਵਾਇਆ ਜਾਊਗਾ ਜਾਂ ਫਿਰ ਜਿੱਥੇ ਉਹ ਕੰਮ ਕਰਦੀਆਂ ਸੀ ਤਾਂ ਉਹ ਉਹਨਾਂ ਦੇ ਨਾਲ ਉਹ ਮਾਲਕਾਂ ਵੱਲੋਂ ਜਿਹੜੇ ਬੌਸ ਹੁੰਦੇ ਨੇ ਉਹਨਾਂ ਵੱਲੋਂ ਐਸੀਆਂ ਜੜੀਆਂ ਹਰਕਤਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹ ਕੁੜੀਆਂ ਸਾਹਮਣੇ ਆਈਆਂ ਚਾਹੇ ਉਹਨਾਂ ਨੇ ਆਪਣੇ ਚਿਹਰੇ ਨਹੀਂ ਦਿਖਾਏ ਪਰ ਵੀਡੀਓਜ਼ ਰਾਹੀਂ ਕਿਸੇ ਤਰ੍ਹਾਂ ਉਹ ਆਪਣਾ ਮੈਸੇਜ ਜਿਹੜਾ ਉਹਨਾਂ ਨੇ ਪਹੁੰਚਾ ਦਿੱਤਾ ਤੇ ਇਹਦੇ ਉੱਤੇ ਹੁਣ ਚਰਚਾ ਛਿੜ ਗਈ ਹੈ ਅਸੀਂ ਇਸ ਵਿਸ਼ੇ ਦੇ ਉੱਤੇ ਹੀ ਗੱਲ ਕਰਨੀ ਹੈ ਤੇ ਸਾਡਾ ਮਕਸਦ ਪੰਜਾਬ ਬੈਠੇ ਮਾਪਿਆਂ ਤੱਕ ਵੀ ਇਹ ਗੱਲਾਂ ਪਹੁੰਚਾਉਣੀਆਂ ਹੈਗੀਆਂ ਕਿ ਆਖਰ ਕੀ ਕੀ ਵਾਪਰਦਾ ਹੈ ਤੇ ਕਿਵੇਂ ਕਿਵੇਂ ਹੋਣਾ ਚਾਹੀਦਾ ਉਹ ਸਾਰੀ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਸਰਦਾਰ ਅਜੀਤ ਸਿੰਘ ਜੀ ਗਰਚਾ ਜੋ ਕਿ ਇੰਗਲੈਂਡ ਦੀ ਜਾਨੀ ਮਾਨੀ ਸ਼ਖਸੀਅਤ ਹੈ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਵਕ ਵਕ ਟੀਵੀ ਚੈਨਲਾਂ ਦੇ ਉੱਤੇ ਸੁਣਦੇ ਰਹਿੰਦੇ ਹੋ ਖੇਡ ਪ੍ਰਮੋਟਰ ਨੇ ਉਸ ਤੋਂ ਬਾਅਦ ਸਮਾਜ ਲਈ ਬਹੁਤ ਆਪਣੀਆਂ ਜੜੀਆਂ ਇਹ ਸੇਵਾਵਾਂ ਦਿੰਦੇ ਨੇ ਪੰਜਾਬ ਵੀ ਅਕਸਰ ਜਾਂਦੇ ਰਹਿੰਦੇ ਨੇ ਕੈਨੇਡਾ ਵੀ ਜਾਂਦੇ ਰਹਿੰਦੇ ਆ ਸੋ ਹਰ ਜਗ੍ਹਾ ਦੇ ਉੱਤੇ ਪੰਜਾਬੀ ਲਈ ਪੰਜਾਬੀ ਮਾਂ ਬੋਲੀ ਲਈ ਕੰਮ ਕਰਦੇ ਨੇ ਜਿੱਥੇ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਤੇ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਅੱਜ ਜ ਸਾਡੇ ਵਿਸ਼ੇ ਸੱਦੇ ਦੇ ਉੱਤੇ ਪਹੁੰਚੇ ਹੋਏ ਨੇ ਰਾਈਟ ਪੰਜਾਬ ਟੀਵੀ ਦੇ ਵੇੜੇ ਦੇ ਵਿੱਚ ਆਓ ਜੀ ਆਇਆਂ ਨੂੰ ਕਰਦੇ ਹਾਂ ਤੇ ਫਿਰ ਇਸੇ ਵਿਸ਼ੇ ਤੇ ਗੱਲ ਕਰਦੇ ਹਾਂ ਗਰਚਾ ਸਾਹਿਬ ਵੈਲਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨਵਾ ਚੜਦੀ ਕਲਾ ਜੀ ਬਿਲਕੁਲ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਗਰਚਾ ਸਾਹਿਬ ਵਿਸ਼ਾ ਤੁਸੀਂ ਤਾਂ ਲਗਭਗ ਲਾਈਫ ਆਪਣੀ ਜਿਹੜੀ ਇਸ ਮੁਲਕ ਦੇ ਵਿੱਚ ਗੁਜ਼ਾਰੀ ਹੈ ਸੋ ਕਿਵੇਂ ਦੇਖਦੇ ਹੋ ਅੱਜ ਕੱਲ ਸਟੂਡੈਂਟ ਲੜਕੀਆਂ ਆ ਰਹੀਆਂ ਤੇ ਉਹਨਾਂ ਦੇ ਨਾਲ ਸ਼ਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਜਿਹੜ ਸੋ ਵਾਕਿਆ ਚਿੰਤਾ ਦਾ ਵਿਸ਼ਾ ਹੈ ਕੱਲੀ ਕੁੜੀ ਬਾਹਰਲੇ ਮੁਲਕ ਚਾਈ ਹੈ ਤੇ ਅੱਗੇ ਆਉਂਦਿਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ ਸੋ ਕਿਵੇਂ ਦੇਖਦੇ ਹੋ ਤੁਸੀਂ ਤਾਂ ਬਹੁਤ ਐਸੀਆਂ ਘਟਨਾਵਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਦੇਖੀਆਂ ਸੁਣੀਆਂ ਅ ਸਭ ਤੋਂ ਪਹਿਲਾਂ ਤਾਂ ਪ੍ਰਾਈਡ ਪੰਜਾਬ ਵੇਖਣ ਵਾਲੇ ਤੁਹਾਡੇ ਦਰਸ਼ਕ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਅ ਵਿਸ਼ਾ ਤੁਸੀਂ ਬਹੁਤ ਹੀ ਸੰਜੀਦਾ ਤੇ ਗੰਭੀਰ ਚੁਣਿਆ ਮੈਂ ਨਹੀਂ ਸਮਝਦਾ ਕਿ ਇਸ ਵਿਸ਼ੇ ਤੇ ਤੁਸੀਂ ਮੈਨੂੰ ਗੱਲ ਕਰਨ ਲਈ ਬੁਲਾਉਂਗੇ ਲੇਕਿਨ ਅ ਇਹ ਮੁੰਡਾ ਅ ਅੱਜ ਤੋਂ 10-12 ਸਾਲ ਪਹਿਲਾਂ ਹੁਬ ਹੁ ਹਮ ਮੈਂ ਖੁਦ ਹੰਡਾਇਆ ਆਪਣੇ ਪਿੰਡੇ ਤੇ ਹਮ ਉਹ ਕਿਵੇਂ ਕਿ ਮੇਰੇ ਇੱਕ ਖਾਸ ਦੋਸਤ ਸਰਦਾਰ ਬਖਸ਼ਿੰਦਰ ਜੀ ਬੇਸਿਕਲੀ ਪੰਜਾਬੀ ਪੱਤਰਕਾਰੀ ਚ ਜਾਣੇ ਪਛਾਣਿਆ ਨਾ ਅੱਜ ਕੱਲ ਕੈਨੇਡਾ ਰਹਿੰਦੇ ਆ ਹਮ ਮੇਰੇ ਖਾਸ ਰਿਸ਼ਤੇਦਾਰ ਹੈਗੇ ਆ ਮੇਰੇ ਬੇਟੇ ਦੀ ਸ਼ਾਦੀ ਤੇ ਇੱਥੇ ਆਏ ਸੀਗੇ ਹਮ ਤੇ ਉਹ ਉਹਨਾਂ ਦੇ ਨਾਲ ਚ ਅਰਜ਼ ਕੀਤਾ ਪੰਜਾਬੀ ਅਖਬਾਰ ਅਜੀਤ ਸ਼ਬਦਾ ਹੁੰਦਾ ਸੀ ਕੈਨੇਡਾ ਤੋਂ ਉੱਚੋ ਉਹ ਕਾਲਮ ਲਿਖਦੇ ਹੁੰਦੇ ਸੀ ਅਰਜ਼ ਕੀਤਾ ਅੱਛਾ ਤੇ ਉਹਨਾਂ ਦੀ ਜਿਹੜੀ ਲਿਖਣ ਸ਼ੈਲੀ ਹੈਗੀ ਆ ਉਹ ਬਹੁਤ ਹੀ ਵਧੀਆ ਹੁੰਦੀ ਸੀਗੀ ਖੈਰ ਉਹਨਾਂ ਨਾਲ ਮੈਨੂੰ ਲੰਡਨ ਜਾਣ ਦਾ ਮੌਕਾ ਮਿਲਿਆ ਹੂੰ ਤੇ ਲੰਡਨ ਜਿਹੜੀ ਗੱਲ ਤੁਸੀਂ ਹੁਣੇ ਹੀ ਬਿਆਨ ਕਰ ਚੁੱਕੇ ਆ ਇਹ ਆਪਣੀਆਂ ਅੱਖਾਂ ਨਾਲ ਵੇਖੀ ਅਸੀਂ अच्छा ਸਾਡੇ ਬੱਚੇ ਜਿਹੜੇ ਉਹਨਾਂ ਦੇ ਅੱਜ ਪਹਿਲੇ ਪਹਿਲੇ ਪੂਰ ਚ ਆਏ ਸੀਗੇ 2009 2010 ਦੇ ਵਿੱਚ ਹਾਂਜੀ ਜੀ ਪੜ੍ਹਾਈ ਦੀ ਖਾਤਰ ਉਹਨਾਂ ਨੂੰ ਅਸੀਂ ਗੱਤਿਆਂ ਦੇ ਡੱਬਿਆਂ 'ਚ ਤੇ ਲੋਕਿਆਂ ਸਾਹਮਤ ਤੇ ਰਾਤ ਨੂੰ ਸੌਂਦਿਆ ਵੇਖਿਆ ਪੁਲਾਂ ਦੇ ਥੱਲੇ ਵੀ ਸੌਂਦੇ ਰਹੇ ਬਿਲਕੁਲ ਵੇਖਿਆ ਤੇ ਇਹਨਾਂ ਹਾਲਤਾਂ 'ਚ ਕੁਝ ਵਰਦਤਾ ਜਿਹੜੀਆਂ ਲੜਕੀਆਂ ਨਾਲ ਜਾਂ ਲੜਕਿਆਂ ਨੇ ਕੀਤੀਆਂ ਜਾਂ ਉਹਨਾਂ ਦੇ ਐਮਪਲੋਇਰਜ਼ ਨੇ ਕੀਤੀਆਂ ਉਹ ਵੀ ਸਾਡੇ ਸਾਹਮਣੇ ਆਈਆਂ ਮੈਂ ਖੁਦ ਬਹੁਤ ਸਾਰੇ ਲੋਕਾਂ ਨੂੰ ਸੌਤ ਹਾਲ ਦੇ ਮਿਲੇ ਆ ਅੱਛਾ ਤੇ ਇਹਨਾਂ ਹਾਲਤਾਂ ਚ ਜਦੋਂ ਉਹ ਵਾਪਸ ਗਏ ਤੇ ਬਖਸ਼ੇਂਦਰ ਜੀ ਉਹਨਾਂ ਨੇ ਦੱਸਿਆ ਮੈਨੂੰ ਐ 에어ਪੋਰਟ ਤੇ ਅੰਮ੍ਰਿਤਸਰ ਕੋਈ ਸੱਜਣ ਆਪਣੀ ਲੜਕੀ ਨੂੰ ਇੰਗਲੈਂਡ ਨੂੰ ਚੜਾਉਣ ਲਈ ਆਇਆ ਸੀਗਾ ਅੱਛਾ ਤੇ ਘੁੰਮਦੇ ਫਿਰਦੇ ਆ ਉੱਥੇ ਉਹਨੇ ਇੱਕ ਲੜਕਾ ਦੇਖਿਆ ਲੜਕਾ ਵੀ ਬਾਹਰ ਨੂੰ ਜਾਣ ਲਈ ਤਿਆਰ ਬੈਠਾ ਸੀਗਾ ਤਿਆਰੀ ਸੀਗਾ ਅੱਛਾ ਤੇ ਉਹਨੇ ਜਿਗਰਾ ਕਰਕੇ ਉਹਨੂੰ ਪੁੱਛਦਾ ਕਾਕਾ ਕਿੱਥੇ ਜਾਣਾ ਕਹਿੰਦਾ ਜੀ ਮੈਂ ਬਰਮੀਗਮ ਜਾਣਾ ਹਮ ਲੇ ਕਹਿੰਦਾ ਫੇ ਤਾਂ ਗੱਲ ਬਣ ਗਈ ਵੀ ਤੂੰ ਆ ਮੇਰੀ ਲੜਕੀ ਵੀ ਨਾਲ ਲੈ ਜਾ ਅੱਛਾ ਉਹ ਕਹਿੰਦਾ ਹਰਨੀ ਚ ਕਹਿੰਦਾ ਵੀ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਕਿੱਥੇ ਜਾਣਾ ਤੇ ਮੈਂ ਇਹਨੂੰ ਕਿੱਥੇ ਲੈ ਜਾ ਹਮ ਐ ਇਸ ਗੱਲ ਨੂੰ ਉਹਨੇ ਆਪਣੀ ਅੱਖਾਂ ਨਾਲ ਦੇਖਿਆ ਤੇ ਫਿਰ ਉਹਨੇ ਕਲਮ ਲਿਖਿਆ ਆਪਣਾ ਹੁਣ ਇਹ ਨਾ ਕਹਿਰ ਕਮਾਓ ਮਾਪਿਓ ਹਮ ਉਹ ਲੇਖ ਜਦੋਂ ਪੰਜਾਬੀ ਦੇ ਅਖਬਾਰਾਂ ਚ ਇੱਥੇ ਛਪਿਆ ਹਮ ਤੇ ਥੱਲੇ ਬਖਸ਼ਿੰਦਰ ਦਾ ਫੋਨ ਨੰਬਰ ਵੀ ਸੀਗਾ ਹੂੰ ਇਥੋਂ ਇੱਕ ਲੜਕੇ ਨੇ ਜਿਹੜਾ ਸੌਥਾਲ ਰਹਦੇ ਸੀਗਾ ਉਹਨੇ ਉਸ ਨੰਬਰ ਤੇ ਜਾਂ ਨੰਬਰ ਕਮਾਇਆ ਤੇ ਬਖਸ਼ਿੰਦਰ ਜੀ ਨਾਲ ਬੈਕ ਹੋ ਪੰਜਾਬ ਚ ਗੱਲ ਕੀਤੀ ਤੇ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਮੇਰਾ ਨੰਬਰ ਦਿੱਤਾ ਹੂੰ ਸੋ ਮੁੰਡੇ ਦਾ ਨਾਮ ਹਰਪ੍ਰੀਤ ਸੀਗਾ ਉਹਨਾਂ ਦਾ ਸੌਥਾਲ ਚ ਉਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਵੀ ਇਹ ਜਿਹੜਾ ਲੇਖ ਮੈਂ ਪੜਿਆ ਹੂੰ ਇਹਦੇ ਲੇਖਾਰੀ ਨੇ ਤੁਹਾਡਾ ਨੰਬਰ ਦਿੱਤਾ ਤੇ ਇਹ ਗੱਲਾਂ ਤੁਹਾਡੇ ਨਾਲ ਸੰਝੀਆਂ ਕਰਨੀਆਂ ਅੱਛਾ ਇਹ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਉਹ ਕਹਿੰਦਾ ਜੀ ਵੀ ਜਿਹੜੀਆਂ ਗੱਲਾਂ ਉਹ ਅੰਕਤ ਨੇ ਉਹ ਤੋਂ ਉਲਟ ਸਾਡੀ ਕਹਾਣੀ ਆ ਮੈਂ ਕਿਹਾ ਤੂੰ ਦੱਸ ਦੇਰੀ ਕੀ ਕਹਾਣੀ ਆ ਹੂੰ ਕਹਿੰਦਾ ਜੀ ਵੀ ਅਸੀਂ ਇੱਕ ਘਰ ਰਹਿ ਰਹੇ ਆ ਹੂੰ ਕਿੰਗ ਸਟਰੀਟ ਤੇ ਇੱਕ ਸ਼ਾਪ ਦੇ ਉੱਤੇ ਪੰਜ ਬੈੱਡਰੂਮ ਦਾ ਪੰਜ ਫਲੈਟ ਸੀ ਘਰ ਚ ਅੱਛਾ ਜੀ ਅਸੀਂ ਚਾਰ ਲੜਕੇ ਆ ਤੇ ਇੱਕ ਲੜਕੀ ਸਾਡੇ ਨਾਲ ਰਹਿ ਰਹੀ ਆ ਹੂੰ ਤੇ ਜਿਹੜੀ ਉਹ ਵਿਥਿਆ ਹੈਗੀ ਆ ਉਹ ਮੈਂ ਦੁਬਾਰਾ ਨਾ ਦਰਾਵਾ ਹੂੰ ਐ ਜਿਹੜਾ ਸੋਸ਼ਲ ਦੀ ਗੱਲ ਕਰਦੇ ਆ ਵੀ ਸਾਡੀ ਜਿਹੜੀ ਕਹਾਣੀ ਉਹ ਵੀ ਸਾਡੇ ਕੋਲ ਇੱਕ ਲੜਕੀ ਆਸੀ ਇਹਨੂੰ ਭੈਣ ਬਣਾ ਕੇ ਰੱਖਿਆ ਆ ਅਸੀਂ ਚਾਰ ਮੁੰਡੇ ਆਂ ਵੀ ਪੰਜਾਬੋਂ ਆਏ ਆ ਤੇ ਅਸੀਂ ਚਾਰੇ ਮੁੰਡੇ ਕੰਮ ਕਰਦੇ ਆ ਤਸੀ ਉਹ ਲੜਕੀ ਨੂੰ ਆਪਣੀ ਭੈਣ ਬਣਾ ਕੇ ਆਪਣੇ ਘਰ 'ਚ ਰੱਖਿਆ ਤੇ ਉਹਨੂੰ ਅਸੀਂ ਪੜ੍ਹ ਲਈ ਹੂੰ ਮਾਇਕ ਸਹਾਇਤਾ ਦਿੰਨੇ ਆ ਅੱਛਾ ਤੇ ਇਸ ਕਰਕੇ ਉਹ ਜਿਹੜੀ ਪੇਪਰ 'ਚ ਲਿਖਤ ਹੈਗੀ ਆ ਉਹ ਤੋਂ ਅਸੀਂ ਵੱਖਰਾ ਕੁਝ ਕਰਦੇ ਆ ਤੇ ਮੈਂ ਬੇਸਿਕਲੀ ਚੌਕਣਾ ਸੀਗਾ ਅਚੰਬਾ ਮੈਂ ਕਿਹਾ ਵੀ ਕਾਕਾ ਮੈਨੂੰ ਸਵਾ ਦੇ ਤੇਰੇ ਕੋ ਮੈਂ ਚੱਲ ਕੇ ਆਉਣਾ ਮੈਂ ਇੱਥੋਂ ਚੱਲ ਕੇ ਸੌਤਲ ਚਲੇ ਗਿਆ ਹ ਸੰਯੋਗ ਬੱਸ ਉਸ ਤੋਂ ਤੀਜੀ ਦੁਕਾਨ ਜਿਹੜੀ ਮੇਰੇ ਕਜ਼ਨ ਦੀ ਸੀ ਤੇ ਮੈਂ ਜ਼ਿਕਰ ਕਰਨਾ ਬਣਦਾ ਸੀ ਵੀ ਉਹੜੀ ਦੁਕਾਨ ਨਾਲ ਦੀ ਜਾਓ ਮੇਰੇ ਕਜ਼ਨ ਦੀ ਜਾਓ ਕਹਿੰਦੇ ਸੀ ਵੀ ਉਹ ਕਜ਼ਨ ਦਾ ਨਾਂ ਜਸਵਿੰਦਰ ਸਿੰਘ ਭਾਈਆ ਮੇਰਾ ਕਜ਼ਨ ਤਾਂ ਕਹਿੰਦੇ ਵੀ ਉਹ ਤਾਂ ਸਾਡਾ ਅੰਕਲ ਬਹੁਤ ਮਾਨ ਕਰਦਾ ਵੀ ਜਦੋਂ ਸਾਨੂੰ ਕਿਤੇ ਜ਼ਰੂਰਤ ਪੈਂਦੀ ਜੇ ਕਿਸੇ ਚੀਜ਼ ਦੀ ਸਾਡ ਕੋਲ ਨਹੀਂ ਹੁੰਦੀ ਜਾ ਕੇ ਲੈ ਆਉਨੇ ਆ ਤੇ ਉਹ ਸਾਡ ਨੂੰ ਪੈਸੇ ਵੀ ਲੈ ਲੈਂਦਾ ਹਮ ਕਾਰਨ ਉਹਨਾਂ ਨੇ ਉਹ ਨੂੰ ਆਪਣੀ ਮਜਬੂਰੀ ਤੇ ਕਮਜ਼ੋਰੀ ਦੱਸੀ ਹੋਈਗੀ ਤੇ ਉਹਨ ਆਪਣੇ ਬੱਚੇ ਸਮਝ ਕੇ ਉਹਨਾਂ ਦੀ ਮਾਲੀ ਮਦਦ ਕਰਨੀ ਸ਼ੁਰੂ ਕਰਤੀ ਜੀ ਖੈਰ ਚਲੋ ਸਾਡਾ ਹੋਰ ਵੀ ਨੇੜਤਾ ਦਾ ਸਬੰਧ ਹੋ ਗਿਆ ਜਦੋਂ ਉਹਨਾਂ ਨੂੰ ਹੀ ਪਤਾ ਲੱਗਾ ਵੀ ਅਸੀਂ ਕਜ਼ਨ ਹੈਗੇ ਆ ਗੱਲਬਾਤ ਹੋਈ ਜਿੱਨੂੰ ਲੜਕੀ ਦਿਖਾਈ ਕਮਰਾ ਦੇਖਿਆ ਖੈਰ ਉਹਨਾਂ ਨੇ ਆਪਣੀ ਕੁਕਿੰਗ ਵੀ ਸਾਨੂੰ ਦਿਖਾਈ ਉਹਨਾਂ ਨੇ ਉਹਨਾਂ ਦਿਨਾਂ 'ਚ ਸਾਨੂੰ ਬਰਫ ਦੇ ਆਈਸਕ੍ਰੀਮ ਦੇ ਪਕੌੜੇ ਬਣਾ ਕੇ ਖਵਾਏ ਖੈਰ ਇੱਕ ਗੱਲ ਵੱਖਰੀ ਹੈਗੀ ਆ ਤੇ ਉਹ ਲੜਕੀ ਨਾਲ ਮੇਰੀਆਂ ਗੱਲਾਂਬਾਤ ਹੋਈਆਂ ਤੇ ਉਹ ਲੜਕੀ ਨੇ ਮੈਨੂੰ ਦੱਸਿਆ ਵੀ ਮੈਂ ਇਹਨਾਂ ਦੇ ਸੰਪਰਕ ਜਾਣ ਤੋਂ ਪਹਿਲਾਂ ਵੱਖ-ਵੱਖ ਪੰਜਾਬੀ ਅਦਾਰਿਆਂ ਦੇ ਮਾਲਕਾਂ ਕੋਲੇ ਕੰਮ ਕੀਤਾ ਜਿਨ੍ਹਾਂ ਨੇ ਮੈਨੂੰ ਬੁਰੀ ਨਾ ਵੀ ਦੇਖਿਆ ਮੈਨੂੰ ਆਪਣੀ ਰਖੇਲ ਬਣਾ ਕੇ ਇਹ ਉਹਦੇ ਸ਼ਬਦ ਆ ਅੱਛਾ ਮੈਨੂੰ ਆਪਣੀ ਰਖੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਉਹ ਰਹੀ ਜਾਂ ਨਹੀਂ ਰਹੀ ਇਸ ਬਾਰੇ ਮੈਨੂੰ ਕੋਈ ਨਹੀਂ ਪਤਾ ਲੇਕਿਨ ਮੈਂ ਉਸ ਕੁੜੀ ਦੇ ਹੁਬ ਹੁ ਸ਼ਬਦ ਦੁਹਰਾ ਰਿਹਾ ਹੂੰ ਵੀ ਇਹ ਮਾਨਸਿਕਤਾ ਸਾਡੇ ਲੋਕਾਂ ਚ ਹੈਗੀ ਆ ਜੀ ਅੱਛਾ ਦੂਜੇ ਪਾਸੇ ਲੜਕੀਆਂ ਵੀ ਸਹੀ ਨਹੀਂ ਹੋ ਸਕਦੀਆਂ ਮਾਫ ਕਰਨਾ ਮੈਂ ਆਪਣੀਆਂ ਲੜਕੀਆਂ ਵਾਂਗੂ ਮਹਿਸੂਸ ਕਰਦਾ ਜੀ ਬਈ ਉਹਨਾਂ ਲੜਕੀਆਂ ਨੂੰ ਵੀ ਇੱਥੇ ਆਪਣਾ ਜਿਹੜਾ ਸਟੈਂਡਰਡ ਡਿਸਪਲਿਨ ਜਿਹੜਾ ਵਰਕ ਰੱਖਣਾ ਚਾਹੀਦਾ ਹੁਣ ਗੱਲ ਕਰਦੇ ਆ ਮੌਜੂਦਾ ਤੌਰ ਤੇ ਕੁਝ ਗੱਲਾਂ ਤੁਹਾਡੇ ਸਾਹਮਣੇ ਆਈਆਂ ਹੋਣਗੀਆਂ ਇਹ ਤਾਂ ਮੇਰੀ ਆਪਣੀ ਵਿਚੈ ਜੋ ਮੈਂ ਨੋਟਿਸ ਕੀਤੀ ਮੈਂ ਮੈਂ ਸ਼ੁਰੂਆਤ ਦੇ ਵਿੱਚ ਜੇ ਕਵਾਂ ਵੀ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਸਵਾਲ ਦਾ ਜਵਾਬ ਦਿਓ ਕਿ ਕੁੜੀਆਂ ਕੱਲੀਆਂ ਭੇਜਣੀਆਂ ਚਾਹੀਦੀਆਂ ਮਾਪਿਆਂ ਨੂੰ ਹਾਂ ਬਿਲਕੁਲ ਜਿਵੇਂ ਮੈਂ ਸ਼ੁਰੂ ਗੱਲ ਕੀਤੀ ਹੈ ਵੀ ਜਦੋਂ 에어ਪੋਰਟ ਤੇ ਕੋਈ ਮਾਪਾ ਛੱਡਣ ਆਇਆ ਹੂੰ ਤੇ ਉਹ ਮਾਪੇ ਨੇ ਆਪਣੇ ਦਿਲ ਤੇ ਕਿਵੇਂ ਪੱਥਰ ਰੱਖਿਆ ਹੋਵੇਗਾ ਵੀ ਲੜਕੀ ਨੂੰ ਛੱਡਣ ਲਈ ਬਟ ਇਹ ਵੀ ਗੱਲ ਜਗ ਜਾਰ ਹੈਗੀ ਆ ਕਿ ਲੜਕੇ ਤੇ ਲੜਕੀਆਂ ਆਪਣੇ ਮਾਪਿਆਂ ਦੇ ਧੌਣ ਤੇ ਗੱਲ ਤੇ ਗੂਠਾ ਰੱਖਦੀਆਂ ਵੀ ਸਾਨੂੰ ਭੇਜਣਾ ਦੇ ਬਾਹਰ ਹੀ ਭੇਜੋ ਅਸੀਂ ਇੱਥੇ ਰਹਿਣਾ ਨਹੀਂ ਹੈਗਾ ਹਾਲਾਤ ਪੰਜਾਬ ਦੇ ਜਿਹੜੇ ਹੈਗੇ ਆ ਉਹ ਵੀ ਬੱਤਰ ਹੈਗੇ ਕਿਉਂਕਿ ਕੋਈ ਵੀ ਬੱਚਾ ਉਸੇ ਨਾਲ ਪਸੰਦ ਨਹੀਂ ਕਰਦਾ ਮੈਂ ਹਾਲੀ ਵਿੱਚ ਹਲਮੀ ਨੈਕ ਹੋਇਆ ਮੈਂ ਕੈਨੇਡਾ ਤੋਂ ਘੁੰਮ ਕੇ ਆ ਟੋਰਾਂਟੋ ਤੇ ਵੈਨਕੂਵਰ ਮੈਂ ਬੇਥੇ ਵੀ ਤੁਹਾਡੇ ਚੈਨਲ ਦੇ ਲਈ ਦੱਸਣੀ ਚਾਹਾਂਗਾ ਕਿ ਇੱਕ ਦਿਨ ਮੈਂ ਟੋਰਾਂਟੋ ਚ ਘੁੰਮਦਿਆ ਜਿੰਨੇ ਪੰਜਾਬੀ ਮੁੰਡੇ ਦੇਖੇ ਉਹਨਾਂ ਦੀ ਪਛਾਣ ਕਰਨੀ ਕੋਈ ਔਖੀ ਨਹੀਂ ਦੋ ਦੋ ਚਾਰ ਚਾਰ ਮਹੀਨੇ ਪੁਰਾਣੇ ਉਹ ਉਹ ਕੈਨੇਡਾ ਜਾਏ ਉਹਨਾਂ ਦੀਆਂ ਪਕੜੀਆਂ ਦਾ ਸਟਾਲੋਂ ਦਾ ਪੈਰਾ ਬਾਹਰ ਉਹਦੀ ਬੋਲ ਚੱਲ ਦੱਸ ਰਹੀ ਸੀ ਕਿ ਤਾਜ ਤਾਜੇ ਆਏ ਆ ਮੈਂ ਲਗਭਗ ਦੋ ਹਫ਼ਤੇ ਟੋਰਾਂਟੋ ਰੈਂਟ ਤੋਂ ਬਾਅਦ ਮੈਂ ਚਾਰਕਦਲੇ ਸਰੀ ਪਹੁੰਚਿਆ ਤੇ ਰਾਤ ਨੂੰ ਇੱਕ ਇੰਡੀਆ ਰੈਸਟੋਰੈਂਟ ਦੇ ਸਾਹਮਣੇ ਸਾਡੀ ਪਾਰਟੀ ਚੱਲਦੀ ਸੀਗੀ ਉਹ ਵੀ ਉਸੇ ਬਖਸ਼ਿੰਦਰ ਜਿਹਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹਨਾਂ ਦੀ ਬੇਟੀ ਦੀ ਇੱਕ ਬਦਤਰੀ ਪਾਰਟੀ ਸੀਗੀ ਜੀ ਤੇ ਉਹ ਪਾਰਟੀ ਜੋ 10 ਮਿੰਟ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਰੋਡ ਦੇ ਉੱਤੇ ਬੱਸ ਖੜੀ ਤੇ ਬੱਸ ਵਿੱਚ ਚੜ੍ਹ ਲਈ ਸਵਾਰੀਆਂ ਘੱਟ ਤੋਂ ਘੱਟ 70 ਹੋਣਗੀਆਂ ਸਤਨਾ ਜੋ 60 ਸਾਡੇ ਬੱਚੇ ਸਨ ਓਏ ਹੋਏ ਅੱਛਾ ਇਹ ਰਾਤ ਦੇ 10 ਵਜੇ ਦੀ ਗੱਲ ਹੈਗੀ ਆ ਅੱਛਾ ਉਹਨਾਂ ਦੇ ਗਾੜਾ ਚ ਪਾਏ ਬੈਗ ਤੇ ਉਹਨਾਂ ਦਾ ਪੈਰਾਵਾ ਛਰੇ ਆ ਦੱਸ ਰਿਹਾ ਸੀ ਮੈਨੂੰ ਮੈਂ ਆਪਣੀ ਤੁਸ਼ ਬੁੱਧੀ ਅਨੁਸਾਰ ਜੱਜ ਕਰ ਸਕਦਾ ਸੀਗਾ ਵੀ ਇਹ ਸਾਰੇ ਤਾਜ਼ੇ ਨਾਮੇ ਪੰਜਾਬੋਂ ਆਏ ਆ ਔਰ ਜਿੰਨੇ ਦਿਨ ਮੈਂ ਉੱਥੇ ਰਿਹਾ ਮੈਂ ਹੰਮ ਕੇ ਵੇਖਦਾ ਰਿਹਾ ਮੈਨੂੰ ਸਰੀ ਦੇ ਵਿੱਚ ਜੀ ਪੰਜਾਬੀ ਤੋਂ ਇਲਾਵਾ ਗੋਰਾ ਸੜਕ ਤੇ ਨਜ਼ਰ ਨਹੀਂ ਆਇਆ ਜਿੰਨੇ ਨਜ਼ਰ ਆਇਆ ਸਾਡੇ ਬੱਚੇ ਤੇ ਸਾਡੇ ਬੱਚਿਆਂ ਦੇ ਮਾਪੇ ਉਹ ਮਾਪੇ ਵੀ ਬਹੁਤੇ ਪੁਰਾਣੇ ਨਹੀਂ ਸੀਗੇ ਜਿਨ੍ਹਾਂ ਦੀਆਂ ਜਿਨ੍ਹਾਂ ਦਾ ਪਰਾਵਾ ਦਸ ਰਿਹਾ ਸੀਗਾ ਵੀ ਇਹ ਵੀ ਬਹੁਤੇ ਪੁਰਾਣੇ ਨਹੀਂ ਹੈਗੇ ਖੈਰ ਕਹਿਣ ਤੋਂ ਭਾਵ ਇਹ ਪੰਜਾਬ ਦੇ ਹਾਲਾਤ ਬਿਆਨ ਕਰਦੀ ਤਸਵੀਰ ਹੈਗੀ ਆ ਮਾਪੇ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਬੇਜਮੀਰ ਨਹੀਂ ਰੱਖ ਸਕਦੇ ਅ ਇਹ ਮੇਰੇ ਕਲ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਜੇ ਕਦੋਂ ਕਿ ਨਹੀਂ ਵੀ ਸਹਿਮਤ ਹੈਗਾ ਤਾਂ ਖਾਦੀ ਘੜੀ ਕੋਈ ਗੱਲ ਹੀ ਉਹਦੀ ਆਪਣੀ ਸੋਚ ਸਕਦੀ ਐ ਸੋ ਮੈਂ ਸਮਝਦਾ ਵੀ ਇਹਨਾਂ ਹਾਲਤਾਂ ਚ ਮਾਪੇ ਦੋਸ਼ੀ ਨਹੀਂ ਕਿਹੜਾ ਬੱਚਾ ਦਲਜੀਤ ਸਿੰਘ ਜੀ ਤੁਸੀਂ ਵੀ ਬੱਚਾ ਵਾਲੇ ਹੋ ਜੀ ਕਿਹੜਾ ਮਾਪਾ ਚਾਹੁੰਦਾ ਕਿ ਆਪਣੇ ਬੱਚੇ ਨੂੰ ਮੈਂ ਅ ਅ ਰਹੀ ਜਗ੍ਹਾ ਭੇਜਾ ਜਿੱਥੇ ਉਹਦੀ ਸੇਫਟੀ ਨਹੀਂ ਬਟ ਕਿਤੇ ਨਾ ਕਿਤੇ ਕੀ ਕਹਿੰਦੇ ਹੁੰਦੇ ਆ ਐਡੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਇਹ ਪੱਥਰ ਜਿਹੜਾ ਦਿਲ ਤੇ ਰੱਖਣਾ ਪੈਂਦਾ ਉਹਨਾਂ ਹਾਲਾਤਾਂ ਚ ਬੱਚੇ ਬਾਹਰ ਆ ਜਾਂਦੇ ਆ ਤੇ ਉਹਨਾਂ ਦੇ ਜੋ ਹਾਲਾਤ ਇੱਥੇ ਹੁੰਦੇ ਆ ਉਹ ਸਾਡੇ ਤੋਂ ਲੋਕਿਸ਼ੋਪੇ ਨਹੀਂ ਅੱਛਾ ਹੁਣ ਦੂਸਰੀ ਗੱਲ ਵੀ ਜੇ ਨਾਲ ਨਾਲ ਕਰ ਲਈਏ ਜੇ ਮੰਨ ਲਓ ਕਿ ਇਹ ਕੁੜੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਚ ਨਹੀਂ ਆਉਂਦੀਆਂ ਪੰਜਾਬ ਚ ਰਹਿ ਜਾਂਦੇ ਆ ਕਿ ਉੱਥੇ ਸੇਫਟੀ ਹੈਗੀ ਅੱਜਕੱਲ ਲੜਕੀਆਂ ਦੀ ਪੜਾਈ ਹੈ ਜਾਂ ਉਹ ਅੱਗੇ ਫਿਊਚਰ ਜਿਹੜਾ ਭਾਲਦੀਆਂ ਬਾਹਰ ਆ ਕੇ ਉੱਥੇ ਹੈਗਾ ਬੇਸਿਕਲੀ ਉੱਥੇ ਵੀ ਇਹ ਗੱਲ ਹੈ ਨੀ ਕਿ ਕੋ ਦੋਰਾ ਬਣੀ ਹੈਗੀਆਂ ਕਿਉਂਕਿ ਜਿਹੜਾ ਪਾਲਣ ਪੋਸ਼ਿਆਂ ਬੱਚਿਆਂ ਦਾ ਨਾ ਉਹ ਅੱਜ ਦੀ ਡੇਟ ਚ ਬੜਾ ਫੋਰਵਰਡ तरीका ਨਾ ਹੋ ਰਿਹਾ ਮੀਡੀਆ ਟੈਲੀਵਿਜ਼ਨ ਸਾਡੇ ਜਿਹੜੇ ਪੇਰੈਂਟਸ ਹੈਗੇ ਆ ਉਹ ਥੋੜੇ ਜਿਹਾ ਬੈਕਵਰਡ ਹੈਗੇ ਆ ਕਿਉਂਕਿ ਉਹਨਾਂ ਸਮੇਂ 'ਚ ਉਹਨਾਂ ਨੂੰ ਉਹ ਐਜੂਕੇਸ਼ਨ ਨਹੀਂ ਮਿਲੀ ਜਿਹੜੀ ਅੱਜ ਐਜੂਕੇਸ਼ਨ ਹੈਗੀ ਆ ਤੇ ਜੇ ਬੱਚਾ ਉੱਥੇ ਐਜੂਕੇਸ਼ਨ ਲਾ ਲੈਂਦਾ ਤਾਂ ਉਹਨੂੰ ਉੱਥੇ ਜਿਹੜੀ ਹੈਗੀ ਆ ਉਹਦੀ ਜੌਬ ਦੀ ਸੇਫਟੀ ਨਜ਼ਰ ਨਹੀਂ ਆ ਰਹੀ ਜੀ ਤਾਂ ਆਬੀਸ਼ਲੀ ਉਹਨੂੰ ਬਾਹਰ ਨੂੰ ਰੱਖਣਾ ਪੈਂਦਾ ਚਾਉਣਾ ਪੈਂਦਾ ਬਾਹਰ ਰੁਖ ਕਰਨ ਲਈ ਮੈਂ ਸਮਝਦਾ ਵੀ ਰਸਤੇ ਜਿਹੜੇ ਆ ਉਹ ਬੜੇ ਸਾਜਗਰ ਉਹ ਲਿਖਣੇ ਚਾਹੀਦੇ ਹੈਗੇ ਆ ਸ਼ਾਇਦ ਜਿਹੜੇ ਬਾਪੇ ਸਾਜਗਰ ਰਸਤੇ ਉਲੀਕ ਲੈਂਦੇ ਆ ਉਹ ਕਾਮਯਾਬ ਹੋ ਜਾਂਦੇ ਮੈਂ ਇੱਥੇ ਗੱਲ ਵੀ ਕਣੀ ਚਾਹਾਂਗਾ ਕਿ ਮੇਰੀ ਆਪਣੀ ਪੋਤੀ ਮੇਰੇ ਵੱਡੇ ਭਰਾ ਦੀ ਪੋਤੀ 2 ਸਾਲ ਤੋਂ ਵੈਨਕੂਵਰ ਰਹਿ ਰਹੀ ਆ ਮੈਂ ਉਹਨੂੰ ਆਪ ਖੁਦ ਦਿੱਲੀ 에ਰਪੋਰਟ ਤੋਂ ਚਲਾ ਕੇ ਆਇਆ ਸੀਗਾ ਲੇਕਿਨ ਉਹਦੇ ਜਿਹੜੇ ਸਾਧਨ ਉਹ ਆਪਣੀ ਕਜ਼ਨ ਸਿਸਟਰ ਦੇ ਘਰ ਰਹਿ ਰਹੀ ਆ ਤੇ ਉਹਦੀ ਕਜ਼ਨ ਸਿਸਟਰ ਨੇ ਉਹਨੂੰ ਕੰਮ ਲੱਭਕ ਦਿੱਤਾ ਤੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਉਹਦੇ ਇੱਕ ਅਬਸਜੇ ਉਹਦੇ ਵਿੰਗ ਬਣ ਕੇ ਵਿੱਚ ਰਹਿ ਗਏ ਮੈਂ ਉਸ ਬੱਚੀ ਨੂੰ ਮਿਲਣ ਵੈਨਕੂਵਰ ਗਿਆ ਸੀਗਾ 2 ਸਾਲ ਬਾਅਦ ਤੇ ਮੈਨੂੰ ਤਸੱਲੀ ਹੋਈ ਉਸ ਬੱਚੀ ਨੂੰ ਮਿਲ ਕੇ ਤੇ ਮੈਂ ਆਸ ਕਰਦਾ ਇਤਿਹਾਸ ਕਰਦਾ ਵੀ ਸਿਗਾ ਕਿ ਉਦੋਂ ਜਿਹੜੇ ਜਿਹੇ ਹਾਲਾਤਾਂ 'ਚ ਮੇਰੀ ਉਹ ਬੱਚੀ ਰਹੀ ਹੈ ਤੇ ਸਾਰੀਆਂ ਬੱਚੀਆਂ ਉਹਨਾਂ ਹਾਲਾਤਾਂ 'ਚ ਰਹਿਣ ਇਹ ਅਸੀਂ ਕਾਮਨਾ ਕਰ ਸਕਦੇ ਪਰ ਜਿਹੜੀਆਂ ਨਹੀਂ ਰਹਿ ਸਕਦੀਆਂ ਕਿਉਂ ਨਹੀਂ ਰਹਿ ਸਕਦੀਆਂ ਇਹਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਅ ਅੱਗੇ ਹੁਣ ਆਪਾਂ ਦੁਬਾਰਾ ਇੰਗਲੈਂਡ ਦੇ ਉੱਤੇ ਆਉਨੇ ਆ ਚਲੋ ਕੈਨੇਡਾ ਦੇ ਵੀ ਦਰਸ਼ਕੋ ਨਾਲ ਨਾਲ ਹੀ ਗੱਲ ਹੋ ਰਹੀ ਕਿਉਂਕਿ ਮਾਹੌਲ ਇੱਕੋ ਹੈ ਲੜਕੀਆਂ ਉੱਥੇ ਵੀ ਜਾ ਰਹੀਆਂ ਤੇ ਇੱਥੇ ਵੀ ਤੇ ਸ਼ੋਸ਼ਣ ਉੱਥੇ ਵੀ ਹੁੰਦਾ ਹੈ ਤੇ ਇੱਥੇ ਵੀ ਹੁੰਦਾ ਹੈ ਅੱਛਾ ਹੁਣ ਜਿਹੜੀਆਂ ਲੇਟੈਸਟ ਘਟਨਾਵਾਂ ਜੀ ਆਈਆਂ ਸਾਹਮਣੇ ਕੋਈ ਇੱਕ ਬ੍ਰਾਂਡ ਹੈਗਾ ਵੱਡੀ ਮੈਂ ਚਲੋ ਨਾਮ ਨਹੀਂ ਲੈਣਾ ਆਪਾਂ ਉਹਨਾਂ ਦਾ ਮਤਲਬ ਵੀ ਉਹਨਾਂ ਦੀਆਂ ਬ੍ਰਾਂਚਾਂ ਨੇ ਪੂਰੇ ਯੂਕੇ ਦੇ ਵਿੱਚ ਇਹ ਉਹਨਾਂ ਦਾ ਨਾਮ ਲੈ ਕੇ ਕਿਹਾ ਗਿਆ ਵੀ ਉਹਨਾਂ ਦੇ ਕੋਲ ਲੜਕੀਆਂ ਕੰਮ ਕਰਦੀਆਂ ਸੀ ਤੇ ਉਹਨਾਂ ਨੂੰ ਆਹ ਕੰਮ ਗਲਤ ਕੰਮ ਕਰਨ ਲਈ ਕਿਹਾ ਗਿਆ ਕਿ ਭਾਈ ਤੁਸੀਂ ਆਹ ਕੰਮ ਕਰੋਗੇ ਤੇ ਇਸ ਤਰ੍ਹਾਂ ਹੋਏਗਾ ਐਨੇ ਪੈਸੇ ਦਿੱਤੇ ਜਾਣਗੇ ਆਦਰਵਾਇਜ਼ ਕੰਮ ਤੋਂ ਕੱਢ ਦਿੱਤਾ ਜਾਊਗਾ ਹੁਣ ਐਨੀ ਮਜਬੂਰੀ ਜਿਵੇਂ ਤੁਸੀਂ ਕਿਹਾ ਵੀ ਸਾਧਨ ਹੋਣੇ ਜ਼ਰੂਰੀ ਹੈ ਸਾਧਨਾਂ ਤੋਂ ਬਿਨਾ ਫਿਰ ਆਹ ਹਾਲਾਤ ਹੁੰਦੇ ਨੇ ਤੇ ਹੁਣ ਸਾਧਨ ਹ ਹੁਣ ਕੋਈ ਟਾਵਾ ਟਾਵਾ ਬੰਦਾ ਹੈ 100 ਦੇ ਵਿੱਚੋਂ ਮੈਨੂੰ ਲੱਗਦਾ ਜਿੱਥੇ ਤੱਕ 5-7 ਬੰਦਿਆਂ ਕੋਲ ਆਪਣੇ ਸਾਧਨ ਹੋਣਗੇ ਸੋ ਫਿਰ 95 ਦੇ ਨਾਲ ਆਹੀ ਕੁਝ ਹੁੰਦਾ ਬਾਹਰ ਆ ਕੇ ਫਿਰ ਸਟੱਡੀ ਕਾਦੀ ਹੋਈ ਜੇ ਸਰੀਰਕ ਸ਼ੋਸ਼ਣ ਹੋ ਗਿਆ ਜਾਂ ਫਿਰ ਉਹ ਇੱਜ਼ਤਾਂ ਹੀ ਨਾ ਆਪਣੇ ਕੋਲ ਰਹੀਆਂ ਤੇ ਫਿਰ ਐਸੇ ਫਿਊਚਰ ਨੂੰ ਕਰਨਾ ਵੀ ਕੀ ਹੁੰਦਾ ਦੇਖੋ ਹਰ ਮੌਕੇ ਤੇ ਚੰਦਰ ਜਿਹੜੇ ਆ ਉਹ ਬਰਾਬਰ ਚੱਲਦੇ ਆ ਮੌਕਾ ਪ੍ਰੋਸ ਜਿਹੜੇ ਲੋਕ ਤੁਹਾਡੇ ਨਾਲ ਨਾਲ ਹੀ ਹੁੰਦੇ ਆ ਹਾਂ ਉਹਨਾਂ ਤੋਂ ਕਿਨਾਰਾ ਕਿਵੇਂ ਕਰਨਾ ਇਹ 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 ਤੁਹਾਨੂੰ ਸੋਚਣਾ ਪੈਗਾ ਮੈਂ ਸਮਝਦਾ ਇੱਥੇ ਇਸ ਦੇਸ਼ ਵਿੱਚ ਪੰਜਾਬੀ ਜੇ ਅਸੀਂ ਢਿੰਗਾ ਮਾਰਦੇ ਆ ਵੀ 100 ਸਾਲ ਦੇ ਰਹਿੰਨੇ ਤਾਂ ਸਾਨੂੰ 100 ਸਾਲ ਚ ਸਾਡੇ ਇੱਥੇ ਇਹ ਜਿਹੇ ادارے ਜ਼ਰੂਰ ਬਿਲਡ ਕਰਨੇ ਚਾਹੀਦੇ ਸੀਗੇ ਜਿਨ੍ਹਾਂ ਅਦਾਰਿਆਂ ਦੇ ذریعے ਇਹ ਜਿਹੇ ਲੋਕਾਂ ਦੀ ਕਿਉਂਕਿ ਜਿਹੜੀਆਂ ਸਮਾਜਿਕ ਸੰਸਥਾਵਾਂ ਜਾਂ ਧਾਰਮਿਕ ਸੰਸਥਾਵਾਂ ਉਹਨਾਂ ਦਾ ਕੱਲਾ ਕੰਮ ਇਹ じゃ ਇਹਹੀ ਕੰਮ ਨਹੀਂ ਹੈਗਾ ਕਿ ਅਸੀਂ ਉਹ ਸੰਸਥਾਵਾਂ ਚਲਾਉਣੀ ਹੈ ਸਾਡਾ ਫਰਦਰ ਆਪਣੇ ਸਮਾਜ ਦੇ ਵਿੱਚ ਰਏ ਬੱਚੇ ਸਾਡੇ ਸਮਾਜ ਨਾਲ ਹੋ ਰਹੀਆਂ ਬਸ ਫੈਲੀਆਂ ਬਾਰੇ ਸੋਚਣਾ ਵੀ ਬਣਦਾ ਇਹ ਵਿੰਗ ਸਥਾਪਿਤ ਹੋਣੇ ਬਹੁਤ ਜੁੜੇ ਹੈਗੇ ਆ ਇਹਨਾਂ ਲਈ ਮੈਂ ਨਿੱਜੀ ਤੌਰ ਤੇ ਆਪਣੀ ਸੇਵਾਵਾਂ ਪੇਸ਼ ਕਰਦਾ ਅਗਰ ਤੁਹਾਡੇ ਚੈਨਲ ਨੂੰ ਕੋਈ ਇਹੋ ਜਿਹਾ ਆਦਾਰਾ ਦੇਖਦਾ ਤੇ ਉਹ ਮੇਰੇ ਨਾਲ ਰਾਬਤਾ ਕਰੇ ਮੈਂ ਆਪਣੀ ਸੇਵਾਵਾਂ ਦੇਣ ਲਈ ਤਿਆਰ ਹੈਗਾ ਕਿਉਂਕਿ ਮੈਨੂੰ ਆਪਣੇ ਬੱਚਿਆਂ ਜਨਾਂ ਦੇ ਦਰਦ ਦੂਜੇ ਬੱਚਿਆਂ ਦਾ ਆਉਂਦਾ ਅਗਰ ਕੋਈ ਆਦਾਰੇ ਦੇ ਮੁਖੀ ਇਦਾਂ ਸਾਡੇ ਪੰਜਾਬੀ ਸਮਾਜ ਦੇ ਆਦਾਰਿਆਂ ਦੇ ਮੁਖੀ ਇਦਾਂ ਸੋਚਦੇ ਆ ਤੇ ਮੇਰਾ ਮੇਰਾ ਖਿਆਲ ਹੈ ਵੀ ਬਹੁਤ ਸਾਰੇ ਲੋਕ ਵਲੰਟੀਅਰ ਤੌਰ ਤੇ ਜਿਹੜੇ देर ਦੇ ਆਏ ਆ ਉਹ ਆਪਣੇ ਸਵਾਵ ਦੇ ਲਈ ਤਤਪਰ ਹੋਣਗੇ ਬਸ਼ਰਤ ਕਿ ਇਹ ਖਬਰ ਹੁਣ ਤੱਕ ਪੁੱਜਦੀ ਹੋਵੇ ਉਹਨਾਂ ਨੂੰ ਆਵਾਜ਼ ਜ਼ਰੂਰ ਮਾਰਨੀ ਪਵੇਗੀ ਕਿਉਂਕਿ ਕੋਈ ਵੀ ਬੰਦਾ ਜਾ ਕੇ ਮੈਂ ਤੁਹਾਡੇ ਘਰੇ ਜਾ ਕੇ ਦਰਵਾਜ਼ਾ ਖੜਕਾਵਾਂਗੇ ਦਰਜੀਤ ਸਿੰਘ ਜੀ ਮੇਰੇ ਤੋਂ ਸਵਾਵ ਲੈ ਲਓ ਸ਼ਾਇਦ ਤੁਸੀਂ ਉਸ ਗੱਲ ਤੇ ਤਿਆਰ ਨਾ ਹੋਵੋ ਬਟ ਅਗੇਨ ਜਦੋਂ ਅਸੀਂ ਸਾਡੇ ਹਸਪੀਟਲਾਂ ਚ ਗੋਰੇ ਬਜ਼ੁਰਗ ਜਿਹੜੇ ਹੈਗੇ ਆ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੇ ਸਵਾਵ ਦੇਣ ਲਈ ਉੱਥੇ ਜਾਂਦੇ ਤਤਪਰ ਹੁੰਦੇ ਆ ਬਿਲਕੁਲ ਇਹ ਇਹ ਉਹਨਾਂ ਦੀ ਸਭਾਵਾਂ ਲੈ ਲੈਣੀ ਚਾਹੀਦੀਆਂ ਸਾਨੂੰ ਸਾਡੇ ਸਮਾਜ ਨੂੰ ਅੱਗੇ ਲਿਜਾਣ ਲਈ ਤਤਪਰ ਕਿਉਂਕਿ ਇਹ ਬੱਚੇ ਜਿਹੜੇ ਹੈਗੇ ਆ ਨਾ ਇਹ ਆਉਣ ਵਾਲੇ ਸਮੇਂ ਸਾਡਾ ਭਵਿੱਖ ਹੈ ਸਾਡਾ ਫਿਊਚਰ ਹੈਗਾ ਜੀ ਅਗਰ ਅਸੀਂ ਇਹਨਾਂ ਨੂੰ ਨਾ ਸੰਭਾਲ ਸਕੇ ਤੇ ਫਿਰ ਨੁਕਸਾਨ ਸਾਡਾ ਹੀ ਆ ਕਿਸੇ ਹੋਰ ਦਾ ਨਹੀਂ ਅੱਛਾ ਇੱਥੇ ਹੁਣ ਅਗਲੀ ਗੱਲ ਜਿਹੜੀ ਹੈ ਠੀਕ ਹੈ ਬੱਚਿਆਂ ਦੀ ਗੱਲ ਆਪਾਂ ਕਰ ਲਈ ਹੈ ਕਿ ਸੋਸ਼ਲ ਹੁੰਦਾ ਪਰ ਇੱਥੋਂ ਦੇ ਲੋਕ ਜਿਹੜੇ ਨੇ ਨਾ ਪੁਰਾਣੇ ਆਏ ਉਹ ਇਹ ਵੀ ਕਈ ਵਾਰ ਕਹਿੰਦੇ ਦਿਖੇ ਗਏ ਨੇ ਵੀ ਭਾਈ ਇਹ ਨਵੇਂ ਜਿਹੜੇ ਬੱਚੇ ਨੇ ਇਹਨਾਂ ਦਾ ਵੀ ਕਸੂਰ ਹੈਗਾ ਇਹ ਇਹ ਅੱਜਕੱਲ ਆਪਣੀਆਂ ਮਤਲਬ ਕਿ ਆਪਣੇ ਤਰੀਕੇ ਨਾਲ ਰਹਿਣਾ ਇਹ ਪਸੰਦ ਕਰਦੇ ਨੇ ਇਹ ਲਾਈਫ ਸਟਾਈਲ ਵਧੀਆ ਭਾਲਦੇ ਨੇ ਖਰਚੇ ਜ਼ਿਆਦਾ ਕਰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਇੰਟਰਨੈਟ ਟਿਕਟੌਕ ਵਗੈਰਾ ਇਹ ਸਾਰਾ ਕੁਝ ਜਿਹੜਾ ਹੈ ਇਹ ਇਹ ਵੀ ਗੱਲਾਂ ਨਾਲ ਨਾਲ ਚੱਲਦੀਆਂ ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਲੱਗਦਾ ਵੀ ਠੀਕ ਹੈ ਲੋਕ ਕਸੂਰਵਾਰ ਨੇ ਜਿਹੜੇ ਸ਼ੋਸ਼ਣ ਕਰਦੇ ਨੇ ਪਰ ਕਿਤੇ ਨਾ ਕਿਤੇ ਇਹ ਇਹ ਵੀ ਗਲਤੀਆਂ ਹੈਗੀਆਂ ਮਤਲਬ ਕਿ ਹੁਣ ਬ੍ਰਾਂਡਡ ਕੱਪੜੇ ਆਉਂਦੇ ਆ ਆਪਾਂ ਲੱਭਣੇ ਆ ਲਾਈਫ ਸਟਾਈਲ ਵੀ ਉਦਾਂ ਦਾ ਲੱਭਣਾ ਜੇਬ ਵਿੱਚ ਪੈਸਾ ਵੀ ਹੋਵੇ ਤੇ ਅਸੀਂ ਸਾਰਾ ਦਿਨ ਐਸ਼ੋ ਰਾਮ ਟਿਕਟੌਕ ਦੇ ਵੀਡੀਓਜ਼ ਬਣਾਈਏ ਇਹ ਸਾਰਾ ਕੁਝ ਚੱਲਦਾ ਹੈ ਕਿਉਂਕਿ ਜੇਕਰ ਤੁਸੀਂ ਦੇਖੋ ਜਾ ਕੇ ਇੱਕ ਐਪ ਹੈਗੀ ਆ ਸੋ ਉਹਦੇ ਉੱਤੇ ਸਾਰਾ ਕੁਝ ਦੇਖਣ ਨੂੰ ਮਿਲਦਾ ਸੋ ਇਹ ਵੀ ਚੀਜ਼ਾਂ ਜ਼ਿੰ ਦੇਖੋ ਕਸੂਰ ਕਹ ਦੇਣਾ ਮੈਂ ਸਮਝਦਾ ਇੱਕ ਸਿੱਕ ਮਾਨਸਿਕਤਾ ਦੀ ਨਿਸ਼ਾਨੀ ਆ ਗਲਾਸ ਅੱਧਾ ਭਰਿਆ ਗਲਾਸ ਅੱਧਾ ਖਾਲੀ ਇਹ ਤੁਹਾਡੀ ਆਪਣੀ ਸੋਚ ਹੈਗੀ ਆ ਉਹ ਲੋਕ ਜਿਹੜੇ ਇਦਾਂ ਕਹਿੰਦੇ ਆ ਉਹਨਾਂ ਦੇ ਆਪਣੇ ਵਿੱਚ ਇੱਥੇ ਕੀ ਕਰਦੇ ਆ ਉਹਨਾਂ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਮੈਂ ਇਹਨੂੰ ਜਨਰੇਸ਼ਨ ਗੈਪ ਦਾ ਦਰਜਾ ਦੇਣਾ ਇਹਨੂੰ ਪੀੜੀ ਪਾੜਾ ਕਹਿੰਦੇ ਆ ਉਹਨੂੰ ਅਸੀਂ ਅੱਜ ਸਮਝ ਲਈਏ ਉਸ ਨੂੰ ਕਰਨ ਸਾਹਵੀ ਲਈਏ ਸਾਡੇ ਬੱਚੇ ਸਾਡੇ ਘਰਾਂ ਚ ਕਈ ਵਾਰੀ ਜੋ ਹੱਕ ਦਾ ਕਰਦੇ ਆ ਸਾਨੂੰ ਉਹ ਵਿਸ਼ਾਤ ਕਈ ਵਾਰੀ ਚੰਗੇ ਨੇ ਲੱਗਦੇ ਹੋਣਗੇ ਪਰ ਲੇਕਿਨ ਇਹ ਰਿਐਲਿਟੀ ਆ ਹੂੰ ਇਹਨੂੰ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈਗਾ ਆ ਅਸੀਂ ਦੂਜਿਆਂ ਦੇ ਬੱਚਿਆਂ ਵੱਲ ਤਾਂ ਝਟ ਉਂਗਲੀ ਕਰ ਲੈਂਦੇ ਜੀ ਸਿੰਘ ਤੁਹਾਡੀ ਕਮਜ਼ੋਰੀ ਲੇਕਿਨ ਜਿਹੜੀ ਬਾਕੀ ਦੀ ਚਾਰ ਉਂਗਲਾਂ ਮੇਰੇ ਵੱਲੋਂ ਆਪਣਿਆਂ ਵੱਲੋਂ ਹੋ ਰਹੀ ਹੈ ਅਸੀਂ ਉਹਦਾ ਧਿਆਨ ਨਹੀਂ ਕਰਦੇ ਚਲੋ ਮੰਨ ਲਿਓ ਕਸੂਰ ਹੈਗਾ ਲੇਕਿਨ ਕਸੂਰ ਦਰਸਤ ਕਿਨੇ ਕਰਨਾ ਹੂੰ ਜੇ ਇੱਕ ਮਰੀਜ਼ ਡਾਕਟਰ ਕੋਲ ਚਲੇ ਗਿਆ ਤੇ ਉਹ ਬਿਮਾਰ ਕਰਕੇ ਗਿਆ ਨਾ ਤੇ ਉਹਦਾ ਇਲਾਜ ਕਰਨਾ ਡਾਕਟਰ ਦਾ ਫਰਜ਼ ਆ ਨਾ ਤੇ ਜੇ ਡਾਕਟਰ ਉਹਨੂੰ ਕਹੇ ਤੂੰ ਬਿਮਾਰ ਹੋਏ ਕਿਉਂ ਤੈਨੂੰ ਬਿਮਾਰੀ ਆਈ ਕਿਉਂ ਤੇ ਮੈਂ ਸਮਝਦਾ ਵੀ ਸ਼ਾਇਦ ਮੇਰੇ ਸਵਾਲ ਤੁਹਾਡੇ ਸਵਾਲ ਦਾ ਜਵਾਬ ਮੈਂ ਕਿਸੇ ੋਟਾਂ ਕਹਿੰਦਾ ਦਿੱਤਾ ਸੋ ਇਹ ਇਹ ਸਾਨੂੰ ਸੋਚਣਾ ਪਏਗਾ ਜੀ ਹਾਂ ਮੰਨ ਲਓ ਤੁਹਾਡਾ ਖੁੱਦਾ ਬੱਚਾ ਇਦਾਂ ਕਰਦਾ ਹੋਵੇ ਤੁਸੀਂ ਉਹਨੂੰ ਦਰਕਾਰੋਂਗੇ ਜਾਂ ਗਾਰਡਨ ਲਾਉਂਗੇ ਹੂੰ ਜੇ ਗਾਰਡਨ ਲਾਉਂਗੇ ਤਾਂ ਫੇਰ ਭਾਈ ਮੰਨ ਲਓ ਇਹ ਵੀ ਸਾਡੇ ਬੱਚੇ ਹੈਗੇ ਆਪਾਂ ਇਹਨਾਂ ਨੂੰ ਗਾਰਡਨ ਲਾਈਏ ਆਪਾਂ ਅੱਗੇ ਵਧੀਏ ਬਿਲਕੁਲ ਬਿਲਕੁਲ ਅੱਛਾ ਹੁਣ ਇੱਕ ਮੇਨ ਤੇ ਲਾਸਟ ਜਿਹੜਾ ਇੱਕ ਮੇਰਾ ਪੁਆਇੰਟ ਹੈਗਾ ਇਹ ਬੜਾ ਜ਼ਰੂਰੀ ਪੁਆਇੰਟ ਹੈ ਜੇ ਮੈਨੂੰ ਲੱਗਦਾ ਬਾਕੀ ਤੁਸੀਂ ਉਹਦੇ ਉੱਤੇ ਆਪਣੀ ਜਿਹੜੀ ਹੈ ਜ਼ਰੂਰ ਸਲਾਹ ਦਿਓ ਕਿ ਇੰਗਲੈਂਡ ਜਾਂ ਫਿਰ ਕੈਨੇਡਾ ਅਮਰੀਕਾ ਜਦੋਂ ਕਿਸੇ ਵੀ ਮੁਲਕ ਤੋਂ ਬੱਚੇ ਸੱਦਦਾ ਸਟੱਡੀ ਵਾਸਤੇ ਤਾਂ ਉਹਨਾਂ ਦੀ ਬੈਕਗ੍ਰਾਉਂਡ ਦੇਖੀ ਜਾਂਦੀ ਪਰਿਵਾਰ ਦੀ ਕਿ ਇਹਨਾਂ ਦੇ ਕੋਲ ਇਨਫ ਮਨੀ ਹੈ ਇਹਨਾਂ ਦਾ ਕਾਰੋਬਾਰ ਚੰਗਾ ਹੈ ਇਹ 10 ਲੱਖ ਰੁਪਈਆ ਫੀਸ ਸਾਲ ਦੀ ਭਰ ਸਕਦੇ ਆ ਇਹ ਯੂਨੀਵਰਸਟੀਆਂ ਜਾਂ ਇੱਥੋਂ ਦਾ ਜਿਹੜੇ ਲਾ ਹੁੰਦੇ ਉਹ ਇਹ ਦੇਖਦੇ ਆ ਸੋ ਆਪਣੇ ਲੋਕ ਜਿਹੜੇ ਨੇ ਉਹ ਕਰਜ਼ਾ ਚੁੱਕ ਕੇ ਕਰਦੇ ਨੇ ਆਦਰਵਾਇਜ਼ ਇਹ ਇੰਗਲੈਂਡ ਤਾਂ ਦੇਖਦਾ ਵੀ ਇਹ ਪੂਰੇ ਸੂਰੇ ਹੈ ਕਿ ਨਹੀਂ ਮਤਲਬ ਇਹਦੇ ਕਹਿਣ ਦਾ ਇਹ ਆ ਜਾਂਦਾ ਵੀ ਜੇ ਬੰਦਾ ਪੂਰਾ ਸੂਰਾ ਅਮੀਰ ਆ ਤੇ ਉਹ ਇੱਥੇ ਪੜਨ ਆਵੇ ਹੁਣ ਜਿਹੜੇ ਲੋਕ ਅਮੀਰ ਨਹੀਂ ਹੈਗੇ ਮਤਲਬ ਆਮ ਸਾਡੇ ਤਾਂ ਪੰਜਾਬ ਦੇ ਲੋਕ ਮਿਡਲ ਕਲਾਸ ਹੀ ਨੇ ਸੋ ਇੰਨਾ ਪੈਸਾ ਨਹੀਂ ਹੁੰਦਾ ਕਿ ਅਸੀਂ ਉਹ ਚਲੇ ਜਾਣਾ ਸੋ ਅਸੀਂ ਕਰਜ਼ਾ ਚੁੱਕ ਕੇ ਉਸ ਜਿਹੜਾ ਪੈਸਾ ਸ਼ੋ ਕਰਦੇ ਆ ਜਿਹਨੂੰ ਸ਼ੋ ਮਨੀ ਕਿਹਾ ਜਾਂਦਾ ਉਹ ਆਪਣੇ ਨਹੀਂ ਹੁੰਦੇ ਉਹ ਇਧਰ ਉਧਰ ਚੁੱਕੇ ਹੁੰਦੇ ਆ ਸਾਲ ਦੋ ਸਾਲ ਦੀ ਆਪਾਂ ਕਾਰ ਕਰਾ ਕੇ ਤੇ ਫੀਸ ਵੀ ਕਰ ਦਿੰਨੇ ਆ ਸੋ ਤੁਹਾਨੂੰ ਲੱਗਦਾ ਵੀ ਜਦੋਂ ਫਿਰ ਇੱਥੇ ਆ ਕੇ ਇਦਾਂ ਦਾ ਮੋਮੈਂਟ ਬਣਦਾ ਹੈ ਮਜਬੂਰੀਆਂ ਆਪੇ ਮਜਬੂਰੀ ਨੂੰ ਸਰੀਰਕ ਸ਼ੋਸ਼ਣ ਜਾਂ ਵਗੈਰਾ ਕਿਉਂਕਿ ਆਪਾਂ ਤਾਂ ਸਟਰੋਂਗ ਨਹੀਂ ਪਿੱਛੋਂ ਉਹ ਪੈਸੇ ਪੂਰੇ ਕਰਨੇ ਪੈਂਦੇ ਆ ਜੇ ਹੁਣ ਉਹਦੀ ਥਾਂ ਤੇ ਕਿਸੇ ਅਮੀਰ ਦਾ ਬੱਚਾ ਇੱਥੇ ਆਇਆ ਹੋਵੇ ਉਹ ਮਜਬੂਰ ਨਹੀਂ ਹੋਏਗਾ ਦੇਖੋ ਇਹ 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 ਕੰਟਰੀ ਜਿਹੜੀ ਹੈਗੀ ਆ ਇਹ ਦੁਕਾਨਦਾਰੀ ਆ ਇਹਨਾਂ ਨੇ ਆਪਣੇ ਕੰਟਰੀ ਵਿੱਚ ਲਾਉਣੀ ਆ ਤੇ ਉਹਨਾਂ ਨੂੰ ਚਲਾਉਣ ਲਈ ਕੰਟਰੀਆਂ ਵਿੱਚ ਪੈਸੇ ਦੀ ਲੋੜ ਹੈਗੀ ਆ ਹੁਣ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਦੁਕਾਨਦਾਰੀ ਹੈਗੀ ਤਾਂ ਕੀ ਹੂੰ ਕੋਈ ਦੁਕਾਨਦਾਰ ਤੁਹਾਡੀ ਜੇਬ ਚ ਪੈਸੇ ਦੇਖਦਾ ਕਿੱਥੋਂ ਆਏ ਤੇ ਕਿੱਥੋਂ ਲੈ ਕੇ ਆਏ ਤੁਸੀਂ ਕਿਸੇ ਦੁਕਾਨ ਤੇ ਚੱਲ ਜਾਓ ਬਿਲਕੁਲ ਇਹਨਾਂ ਨੇ ਨਹੀਂ ਦੇਖਿਆ ਛੋਟੇ ਜਿਹੇ ਬੋਤਲ ਜਾਂ ਦੁੱਧ ਦੀ ਬੋਤਲ ਲੈਣੀ ਹੈ ਉੱਥੋਂ ਪੁੱਛਦਾ ਵੀ ਤੁਹਾਡੀ ਜ਼ਮੀਨ ਕਿੰਨੀ ਹੈ ਹੂੰ ਮੇਰੇ ਖਿਆਲ ਹੈ ਵੀ ਤੁਹਾਡੇ ਸਵਾਲ ਦਾ ਜਵਾਬ ਮੈਂ ਇਸ ਤਰੀਕੇ ਨਾਲ ਦਿੰਦਾ ਔਰ ਜੇ ਤੁਸੀਂ ਚਾਹੋ ਮੈਂ ਸਰਕਲਪਸ ਕਰ ਦਿੰਦਾ ਹੂੰ ਜੇ ਦੁਕਾਨਦਾਰ ਤੁਹਾਡੀ ਜੇਬ ਨਹੀਂ ਦੇਖਦਾ ਤਾਂ ਇਹ ਤੁਹਾਡੀ ਜੇਬ ਆ ਕਿ ਦੇਖਣ ਹੂੰ ਹਾਂ ਤੁਸੀਂ ਇੱਥੇ ਆ ਗਏ ਆ ਤੁਸੀਂ ਰਹਿਣਾ ਕਿਵੇਂ ਆ ਉਹ ਤੁਹਾਡੀ ਡਿਊਟੀ ਹੈਗੀ ਆ ਜਿਹੜੀ ਫੀਸ ਇਹਨਾਂ ਨੂੰ ਲੋਡਸ ਗਈ ਉਹ ਉਹਨਾਂ ਨੇ ਲੈ ਲਈ ਉਹਨੇ ਲੈ ਲਈ ਉਹਨਾਂ ਨੇ ਆਪਣੀ ਮਨੀ ਵੀ ਦੇਖ ਲਈ ਸ਼ੋ ਮਨੀ ਬੈਂਕ ਵਗੈਰਾ ਸਾਰਾ ਬਿਲਕੁਲ ਬਿਲਕੁਲ ਹੁਣ ਫਰਦਰ ਜਿਹੜੇ ਰਸਤੇ ਆ ਉਹ ਤੁਸੀਂ ਖੁਦ ਲੱਭਣੇ ਤੇ ਤਰਾਸ਼ਣੇ ਹੈਗੇ ਆ ਉਹਦੇ ਲਈ ਜਿਵੇਂ ਕਹਿੰਦੇ ਆ ਬਈ ਲੋਡ ਕੱਢਦੀ ਮਾਂ ਹੈਗੀ ਆ ਜਦੋਂ ਤੁਸੀਂ ਕਿਸੇ ਮੁਸ਼ਕਲ ਚ ਪੈਦਾ ਹੋ ਗਏ ਆ ਉਹਦੇ ਹੱਲ ਲੱਭਣੇ ਪੈਣਗੇ ਹੁਣ ਜਿਵੇਂ ਮਦਦ ਲਈ ਜਾ ਸਕਦੀ ਆ ਮਦਦ ਲੈਣ ਲਈ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਭਾਈਚਾਰਾ ਸਮਾਜਿਕ ਜਥੇਬੰਦੀਆਂ ਹੁਣ ਜੇ ਤੁਸੀਂ ਸਮਾਜਿਕ ਜਥੇਬੰਦੀਆਂ ਇਹ ਸਮਾਜਿਕ ਜਿਹੜੇ ਸਾਡੇ ادارے ਹੈਗੇ ਆ ਉਹਨਾਂ ਦੇ ਅਸੂਲਾਂ ਦੇ ਤਹਿਤ ਨਹੀਂ ਚੱਲਣਾ ਤੇ ਫਿਰ ਉਹ ਵੀ ਕਿਹਨਾਂ ਕਹਿੰਦਾ ਤੁਹਾਨੂੰ ਮਦਦ ਕਰਨਗੇ ਸੋ ਮੇਰਾ ਖਿਆਲ ਹੈ ਵੀ ਸਾਨੂੰ ਬਹੁਤ ਕੁਝ ਸੋਚਣ ਦੀ ਲੋੜ ਹੈਗੀ ਆ ਸੈਨੇ ਕਹਿੰਦੇ ਵੀ ਹਰ ਮੁਸ਼ਕਲ ਦਾ ਹੱਲ ਹੈਗਾ ਇਹੋ ਜੀ ਮੁਸ਼ਕਲ ਕੋਈ ਨਹੀਂ ਦੁਨੀਆ 'ਚ ਜਿਹਦਾ ਹੱਲ ਨਹੀਂ ਲੇਕਿਨ ਹੱਲ ਲੱਭਣਾ ਤੁਸੀਂ ਖੁਦ ਹੁੰਦਾ ਜਾਂ ਹੱਲ ਲੱਭਣ ਲਈ ਤੁਸੀਂ ਉਹ ਜਿਹੜੇ ਹੈਗੇ ਸਾਧਨ ਲੱਭਣੇ ਪੈਣਗੇ ਜਿੱਥੋਂ ਤੁਸੀਂ ਉਸ ਮਰਸਦਾ ਹਰ ਲੱਭ ਸਕਦੇ ਆ ਇੱਕ ਦੋ ਮੈਂਚਾ ਦਾ ਸੁਝਾਹ ਜਿਹੜੀਆਂ ਨਵੀਆਂ ਕੁੜੀਆਂ ਇੱਥੇ ਆਉਂਦੀਆਂ ਕਿਵੇਂ ਆਪਣੇ ਆਪ ਨੂੰ ਠੀਕ ਰੱਖਣਾ ਹੈ ਜਾਂ ਕਿਵੇਂ ਹਾਲਾਤਾਂ ਦਾ ਮੁਕਾਬਲਾ ਕਰਨਾ ਹੈ ਮੈਂ ਚਾਹੁੰਨਾ ਕਿ ਸ਼ੋਰਟ ਦੇ ਵਿੱਚ ਮੈਂ ਸਮਝਦਾ ਆਸ ਕਰਦਾ ਉਹ ਇਸ ਮੁਸ਼ਕਲ 'ਚ ਨਾ ਹੋਣ ਖੁਦਾ ਨਾਲ ਕਹਸਤਾ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਨੂੰ ਹਲੀਮੀ ਨਾਲ ਆਪਣੇ ਨੇੜਲੇ ਕਿਸੇ ਰਿਸ਼ਤੇਦਾਰ ਯਾਰ ਦੋਸਤ ਸਹਿਮਿਤ ਨਾਲ ਰਾਤ ਦਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਜਿਹੜੀ ਬਿਰਤੀ ਆ ਉਹ ਸ਼ਾਇਦ ਉਹਨਾਂ ਦੇ ਰਾਜ ਰੋੜਾ ਅਦਰਵਾਇਜ਼ ਚੰਗੇ ਬੰਦੇ ਨੂੰ ਕੋਈ ਵੀ ਦਰਕਾਰਦਾ ਨਹੀਂ ਤੁਸੀਂ ਚੰਗੇ ਬਣ ਕੇ ਮੈਨੂੰ ਆਵਾਜ਼ ਮਾਰੋ ਤੇ ਮੈਂ ਤੁਹਾਡੀ ਮਦਦ ਕਰ ਲਈ ਆਵਾਂਗਾ ਅਗਰ ਤੁਸੀਂ ਤੁਹਾਡੀ ਬਿਰਤੀ ਚੋਰੀ ਨੀਤੀ ਵਾਲੀ ਹੈਗੀ ਆ ਤੇ ਸ਼ਾਇਦ ਮੈਂ ਤੁਹਾਨੂੰ ਨਕਾਰ ਦੇ ਬਿਨੈ ਦਲਜੀਤ ਸਿੰਘ ਜੀ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਕਿਉਂਕਿ ਕਾਰਨ ਮੇ ਤੁਹਾਡਾ ਰੈਪਿਊਟੇਸ਼ਨ ਮੇਰੇ ਕੋਲ ਹੋਰਲੀ ਪਹੁੰਚ ਚੁੱਕਾ ਹੈਗਾ ਹੋ ਸਕਦਾ ਉਹ ਬੱਚੇ ਜਿਹੜੇ ਆ ਕਿਦਨ ਕਦੇ ਗਲਤ ਸਟੈਪ ਚੱਕ ਜੋਕੇ ਹੋਣਗੇ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰ ਕੇ ਪੇਸ਼ ਆਉਣ ਦੀ ਲੋੜ ਹੈਗੀ ਆ ਫਿਰ ਮੇਰਾ ਖਿਆਲ ਨੇ ਸਾਡੇ ਪੰਜਾਬੀਆਂ ਚ ਫਰਾਖ ਦੇ ਲਈ ਨਾ ਦੀ ਚੀਜ਼ ਦੀ ਕੋ ਕਮੀ ਹੈਗੀ ਆ ਲੇਕਿਨ ਤੁਹਾਨੂੰ ਸਾਬਤ ਕਰਨਾ ਪਏਗਾ ਜੀ ਕਿ ਤੁਸੀਂ ਲੋੜਬੰਦ ਤੇ ਕੀ ਕਹਿੰਦੇ ਹੁੰਦੇ ਆ ਕਰਨ ਵਾਲੇ ਤੁਹਾਡੀ ਮਦਦ ਕਰਨ ਵਾਲੇ ਬੰਦੇ ਦੀ ਇੱਜ਼ਤ ਕਰਨ ਦੇ ਕਾਬਿਲ ਹੋ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਬੜਾ ਇਹ ਗੰਭੀਰ ਵਿਸ਼ਾ ਸੀਗਾ ਜਦੇ ਉੱਤੇ ਤੁਸੀਂ ਆਪਣੇ ਵਿਚਾਰ ਦਿੱਤੇ ਧੰਨਵਾਦ ਜੀ ਦਾ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਅ ਦਰਸ਼ਕੋ ਇਹ ਸਾਡੇ ਸਰਦਾਰ ਅਜੈਬ ਸਿੰਘ ਗਰਚਾ ਤੇ ਬੜੇ ਗੰਭੀਰ ਵਿਸ਼ੇ ਦੇ ਉੱਤੇ ਗੱਲ ਕੀਤੀ ਹੈ ਬੱਚਿਆਂ ਦੀ ਵੀ ਗੱਲ ਕੀਤੀ ਹੈ ਤੇ ਮਾਪਿਆਂ ਦੇ ਵੀ ਜਿਹੜੀ ਇਸ ਵੇਲੇ ਮੁਸ਼ਕਲ ਹੈ ਉਹਦੀ ਵੀ ਗੱਲ ਹੈ ਸੋ ਕਿਉਂਕਿ ਵਿਦੇਸ਼ ਹੈ ਵਿਦੇਸ਼ ਦੇ ਵਿੱਚ ਸਟਰਗਲ ਆਪਣਾ ਮੁਲਕ ਛੱਡ ਕੇ ਜਦੋਂ ਕਿਤੇ ਆਪਾਂ ਜਾਣਦੇ ਆ ਦੂਸਰੇ ਆ ਮੁਲਕਾਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਔਕੜਾਂ ਆਉਂਦੀਆਂ ਇਹ ਨੌਜਵਾਨ ਮੁੰਡੇ ਤਾਂ ਚਲੋ ਸਰਵਾਈਵ ਕਰ ਲੈਂਦੇ ਆ ਪਰ ਕੁੜੀਆਂ ਲਈ ਕਈ ਵਾਰ ਔਖਾ ਜਿਹੜਾ ਹੋ ਜਾਂਦਾ ਸੋ ਸੇਵਾਵਾਂ ਲਈਆਂ ਜਾ ਸਕਦੀਆਂ ਨੇ ਇੱਥੋਂ ਦੇ ਸਮਾਜ ਸੇਵੀ ਗਰਚਾ ਸਾਹਿਬ ਖੋਦ ਇਥੇ ਬਰਮਿੰਗਮ ਦੇ ਵਿੱਚ ਨੇ ਜੇਕਰ ਕਿਸੇ ਨੂੰ ਲੋੜ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਸਹਿਬਾਨਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਹੋ ਜੇ ਮੌਕਿਆਂ ਦੇ ਉੱਤੇ ਪਰ ਇਹ ਸਾਰਾ ਕੁਝ ਆਪਣਾ ਆਪ ਕਿਵੇਂ ਆਪਣੇ ਕਿਰਦਾਰ ਨੂੰ ਜਿਹੜਾ ਹੈ ਸਾਫ਼ ਸੁਥਰਾ ਰੱਖਣਾ ਇਹ ਬਹੁਤ ਜ਼ਰੂਰੀ ਹੈ ਆਦਰਵਾਇਜ਼ ਫਿਰ ਬਣੇ ਫਿਊਚਰ ਦਾ ਕੋਈ ਫਾਇਦਾ ਨਹੀਂ ਹੁੰਦਾ ਆਸ ਕਰਦਾ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ ਚੜ੍ਹਦੀ ਕਲਾ ਚ ਰਹੋ ਜੀ ਸਤਿ ਸ੍ਰੀ ਅਕਾਲ